ਦੇਖੋ ਜੀ, ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਵਿਗੜੀ ਹੋਈ ਹੈ ਕਿ ਇੱਕ ਇਨਸਾਨ ਆਪਦੀ ਦੁਕਾਨ ਤੇ ਸ਼ਾਂਤੀ ਦੇ ਨਾਲ ਆਪਦਾ ਵਪਾਰ ਕਰ ਰਿਹਾ ਹੈ ਔਰ ਪਹਿਲਾਂ ਦੋ ਅਸੇਲੈਂਟਸ ਆਉਂਦੇ ਆ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਫਾਇਰ ਮਿਸ ਹੋ ਜਾਂਦਾ ਹੈ। 25 ਮਿੰਟਾਂ ਬਾਅਦ ਫਿਰ ਉਹੀ ਦੁਬਾਰਾ ਆਉਂਦੇ ਹੈ ਔਰ ਉਹਦੀ ਗੋਲੀ ਲੱਗਦੀ ਹੈ ਤਾਂ ਪਰਮਾਤਮਾ ਦੀ ਮੈਂ ਬਹੁਤ ਸ਼ੁਕਰ ਗੁਜ਼ਾਰ ਹੈ ਕਿ ਗੋਲੀ ਲੱਗਣ ਦੇ ਬਾਵਜੂਦ ਉਹਨਾਂ ਦੀ ਜਾਨ ਬਚ ਗਈ। ਮੈਂ ਹੁਣੇ ਉਹਨਾਂ ਦਾ ਪਤਾ ਲੈ ਕੇ ਆਈ ਹਾਂ, ਸਰਜਰੀ ਖਤਮ ਹੋਈ ਸੀ, ਅੱਖ ਦੇ ਕੋਲੋਂ ਇੱਥੋਂ ਗੋਲੀ ਲੱਗੀ ਹੈ ਅਤੇ ਅੱਖ ਦੇ ਨੀਚੋਂ ਗੋਲੀ ਲੰਘ ਗਈ ਅਤੇ ਹਜੇ ਤਾਂ ਉਹ ਅੱਖ ਦੇ ਨੀਚੇ ਵਾਲਾ ਪਾਰਟ ਉਹਦੀ ਸਰਜਰੀ ਹੋਈ ਹੈ। ਪਰ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੀ ਹਾਂ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਪਹਿਲਾਂ ਕਦੀ ਵੇਖਣ ਨੂੰ ਨਹੀਂ ਸੀ ਮਿਲੀਆਂ। ਤੁਸੀਂ ਲੋਕ ਨਾ ਤਾਂ ਆਪਦੇ ਘਰਾਂ 'ਚ ਸੁਰੱਖਿਅਤ ਹੈ, ਨਾ ਆਪਣੀਆਂ ਦੁਕਾਨਾਂ 'ਤੇ ਸੁਰੱਖਿਅਤ ਹੈ, ਤੁਸੀਂ ਸੁੱਤੇ ਪਏ ਹੋ, ਤੁਸੀਂ ਕਰ ਕੀ ਰਹੇ ਹੋ ਔਰ ਇਹ ਬੜੀ ਚਿੰਤਾਜਨਕ ਸਥਿਤੀ ਹੈ ਸਾਡੇ ਸੂਬੇ ਦੀ। ਔਰ ਜੇ ਸਰਕਾਰ ਇਸ ਚੀਜ਼ ਨੂੰ ਲੈ ਕੇ ਅਵੇਅਰ ਨਹੀਂ ਔਰ ਜੇ ਸਰਕਾਰ ਦਾ ਧਿਆਨ ਹੀ ਨਹੀਂ ਇਸ ਚੀਜ਼ ਦੇ ਵੱਲ ਤਾਂ ਸਰਕਾਰ ਬੈਠੀ ਕਿਉਂ ਕੁਰਸੀ 'ਤੇ? ਇਦੋਂ ਤਾਂ ਸਰਕਾਰ ਰਿਜ਼ਾਈਨ ਕਰ ਦੇ। ਉਹਨਾਂ ਨੂੰ ਇਹ ਬੇਨਤੀ ਕਰਕੇ ਆਉਂਦੀ ਹੈ, ਉਹਨਾਂ ਨੇ ਸਾਨੂੰ ਦੇਖੋ ਹਜੇ ਜਦੋਂ ਤੱਕ ਇਹ ਪਤਾ ਨਹੀਂ ਲੱਗਦਾ ਕਿ ਗੋਲੀ ਲੱਗੀ ਕਿਉਂ, ਜਦੋਂ ਤੱਕ ਇਹ ਸਿਚੁਏਸ਼ਨ ਕਲੀਅਰ ਨਹੀਂ ਹੁੰਦੀ ਉਦੋਂ ਤੱਕ ਤਾਂ ਸਾਰਾ ਕੁਝ ਹਵਾ 'ਚ ਹੈ। ਔਰ ਅਸੀਂ ਇਹ ਮੰਗ ਕਰਦੇ ਹਾਂ, ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਇਹ ਲੋਕ ਕੌਣ ਸੀ, ਇਹਨਾਂ ਨੇ ਕਿਉਂ ਅਟੈਕ ਕੀਤਾ, ਕਾਰਨ ਕੀ ਰਿਹਾ ਇਹਦੇ ਪਿੱਛੇ। ਇਸ ਮੰਗ ਨੂੰ ਲੈ ਕੇ ਅਸੀਂ ਸਾਰੀ ਕਾਂਗਰਸ ਪਾਰਟੀ ਲੁਧਿਆਣਾ ਦੀ, ਜਿਹਦੇ ਵਿੱਚ ਜਿੰਨੇ ਵੀ ਕਾਂਗਰਸ ਦੇ ਐਕਸ MLAs ਨੇ, ਅਸੀਂ ਸਾਰੇ ਇਕੱਠੇ ਹੋ ਕੇ ਕਮਿਸ਼ਨਰ ਸਾਹਿਬ ਕੋਲੇ ਗਏ ਸੀ ਤੇ ਉਹਨਾਂ ਕੋਲੇ ਮੰਗ ਕਰਕੇ ਆਏ ਤੇ ਮੈਂ ਵਾਰ-ਵਾਰ ਇਹ ਬੇਨਤੀ ਕਰਦੀ ਹਾਂ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਇਹ ਹੋਇਆ ਕਿਉਂ ਤੇ ਇਹ ਲੋਕ ਕੌਣ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਸੋਸ਼ਲ ਕੋਲ ਲਗਾਤਾਰ ਆ ਰਹੀਆਂ ਲੋਕਾਂ ਨੂੰ ਧਮਕੀਆਂ ਦਿੱਤੀ ਜਾ ਰਹੀਆਂ ਨੇ, ਲੱਗਦਾ ਕਿ ਕਿਤੇ ਕਿਤੇ ਲਾਅ ਐਂਡ ਆਰਡਰ ਦੀ ਸਥਿਤੀ। ਲਾਅ ਐਂਡ ਆਰਡਰ, ਮੈਂ ਤੁਹਾਨੂੰ ਇਹੀ ਵਾਰ-ਵਾਰ ਬੇਨਤੀ ਕਰ ਰਹੀ ਹਾਂ ਕਿ ਲਾਅ ਐਂਡ ਆਰਡਰ ਪੂਰੇ ਪੰਜਾਬ ਭਰ ਦੇ ਵਿੱਚ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕਦਮ ਖਤਮ ਹੋ ਚੁੱਕਿਆ ਔਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਲੋਕ ਰਹਿਣਗੇ ਕਿਵੇਂ ਇੱਥੇ? ਮੈਨੂੰ ਤੁਸੀਂ ਜਵਾਬ ਦਿਓ ਇਸ ਗੱਲ ਦਾ, ਸਰਕਾਰ ਬਣਾਈ ਕਿਉਂ ਹੈ? ਜੇ ਸਰਕਾਰ ਤੋਂ ਸੂਬਾ ਨਹੀਂ ਚੱਲ ਰਿਹਾ ਤਾਂ ਕਿਰਪਾ ਕਰਕੇ ਰਿਜ਼ਾਈਨ ਕਰ ਦਿਓ। ਦੇਖੋ ਜੀ, ਦਾਅਵੇ ਕਰਨਾ ਅਲੱਗ ਚੀਜ਼ ਹੁੰਦੀ ਹੈ ਔਰ ਜੋ ਰਿਐਲਿਟੀ ਦੇ ਵਿੱਚ ਨਜ਼ਰ ਆ ਰਿਹਾ ਉਹ ਅਲੱਗ ਚੀਜ਼ ਹੈ। ਜੋ ਅਸੀਂ ਨਜ਼ਰ ਆ ਰਿਹਾ ਸਾਨੂੰ ਸ਼ਰਿਆਮ ਉਹ ਇਹ ਹੈ ਕਿ ਪਰਸੋਂ ਅੰਮ੍ਰਿਤਸਰ ਦੇ ਵਿੱਚ ਕੋਈ ਆਪਦੇ ਘਰੇ ਬੈਠਾ ਸੀ, ਘਰੇ ਆ ਕੇ ਉਹਨਾਂ ਦੇ ਮੂੰਹ ਤੇ ਨਕਾਬ ਵੀ ਨਹੀਂ ਪਾਏ ਮਤਲਬ, ਔਰ NRI ਤੇ ਘਰੇ ਬੈਠੇ ਤੇ ਗੋਲੀਆਂ ਚੱਲ ਗਈਆਂ ਇਹਨਾਂ ਤੇ। ਜਿਹੜੇ ਅੱਜ ਮੈਂ ਹੁਣ ਪਤਾ ਲੈ ਕੇ ਆਈ ਹਾਂ, ਲੁਧਿਆਣਾ ਦੇ ਵਿੱਚ ਦੁਕਾਨ ਤੇ ਗੋਲੀਆਂ ਚੱਲ ਗਈਆਂ। ਇਹ ਆਮ ਤਰ੍ਹਾਂ ਦੇ, ਇਹ ਆਮ ਹਾਦਸੇ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਹੇ ਹੈ। ਇਹਨਾਂ ਨੇ ਕੱਲ ਗੋਲੀ ਚਲਾਈ, ਇਹਨਾਂ ਨੇ ਇੱਕ ਹਫ਼ਤਾ ਪਹਿਲਾਂ ਸਰਾਭਾ ਨਗਰ ਦੇ ਵਿੱਚ ਇੱਕ NRI ਦੇ ਘਰ ਦੇ ਬਾਹਰ ਵੀ ਗੋਲੀਆਂ ਚਲਾਈਆਂ, ਸੇਮ ਉਹੀ ਬੰਦੇ ਤੇ। ਸਰਕਾਰ ਸੁੱਤੀ ਪਈ ਹੈ, ਮੈਂ ਇਹ ਪੁੱਛਣਾ ਚਾਹਣੀ ਹੈ। ਬਿਲਕੁਲ ਫੜ ਸਕਦਾ ਸੀ ਪ੍ਰਸ਼ਾਸਨ ਚਾਵੇ ਕੀ ਨਹੀਂ ਕਰ ਸਕਦਾ, ਪਰ ਇਹਨਾਂ ਮੋਗੇ ਤੋਂ ਫੜੇ ਗਿਆ ਜੀ, ਮੋਗੇ ਤੋਂ ਬੰਦੇ ਫੜੇ ਗਏ ਆ। ਪਰ ਜਦੋਂ ਤੱਕ ਇਸ ਚੀਜ਼ ਬਾਰੇ ਸਾਨੂੰ ਕਲੈਰਿਟੀ ਨਹੀਂ ਆਉਂਦੀ ਕਿ ਇਹ ਬੰਦੇ ਕੌਣ ਸੀ, ਕਿਉਂ ਹੋਇਆ, ਕਿਉਂ ਕੀਤਾ ਗਿਆ, ਉਦੋਂ ਤੱਕ ਤਾਂ ਰੋਸ ਹੈ। ਤੁਸੀਂ ਮਿਲ ਕੇ ਆਏ ਹੋ, ਕਿਦਾਂ ਸਿਹਤ ਠੀਕ ਹੋ ਉਹਨਾਂ ਦੀ? ਨਹੀਂ ਜੀ ਨਹੀਂ, ਉਹ ਅਨਕੌਂਸ਼ੀਅਸ ਸਨ, ਹੋਸ਼ ਨਹੀਂ ਸੀ ਉਹਨਾਂ ਨੂੰ ਤੇ ਸਰਜਰੀ ਚੋਂ ਬਾਹਰ ਨਿਕਲੇ। ਦੇਖੋ ਤਾਂ ਪੇਸ਼ੈਂਟ ਹੈ ਨਾ, ਜਦੋਂ ਇੰਨੀ ਵੱਡੀ ਵਾਰਦਾਤ ਹੁੰਦੀ ਹੈ ਔਰ ਗੋਲੀ ਲੱਗਦੀ ਹੈ, ਤੁਸੀਂ ਕੀ ਉਮੀਦ ਕਰਦੇ ਹੋ ਕਿ ਇਨਸਾਨ ਦਾ ਕੀ ਹਾਲ ਹੋਊਗਾ? ਮੈਂ ਤਾਂ ਇੱਕੋ ਗੱਲ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਾਨ ਬਚ ਗਈ। ਦੇਖੋ ਕੋਈ ਦੁਸ਼ਮਣੀ ਨਹੀਂ ਸੀ, ਸ਼ਰੀਫ ਬੜਾ ਅੱਛਾ ਪਰਿਵਾਰ ਹੈ, ਕੋਈ ਕਿਸੇ ਨਾਲ ਦੁਸ਼ਮਣੀ ਨਹੀਂ, ਕੋਈ ਲੈਣਾ ਦੇਣਾ ਨਹੀਂ। ਇਸੇ ਗੱਲ ਤੇ ਪਰਿਵਾਰ ਬਹੁਤ ਪਰੇਸ਼ਾਨ ਹੈ ਕਿ ਅਸੀਂ ਤਾਂ ਕਿਸੇ ਦਾ ਦੇਣਾ ਨਹੀਂ ਲੈਣਾ ਨਹੀਂ, ਸਾਡੇ ਤੇ ਹੋਇਆ ਕਿਉਂ? ਕਾਰੋਬਾਰ ਲਈ ਲੱਗਦਾ ਹੈ ਕਿ ਪੰਜਾਬ ਤੇ ਹੁਣ ਮਾਹੌਲ ਸੁਖਾਵਾ ਨਹੀਂ ਰਿਹਾ ਮੈਮ। ਦੇਖੋ ਅੱਜ ਮਾਹੌਲ ਸੁਖਾਵਾ ਨਹੀਂ, ਪਰ ਮੈਂ ਸਰਕਾਰ ਨੂੰ ਵਾਰ-ਵਾਰ ਇਹ ਬੇਨਤੀ ਕਰ ਰਹੀ ਹਾਂ ਕਿ ਪੰਜਾਬ ਦੇ ਲੋਕਾਂ ਵਾਸਤੇ, ਪੰਜਾਬ ਦੇ ਕਾਰੋਬਾਰੀਆਂ ਵਾਸਤੇ, ਜੇ ਇਸ ਤਰ੍ਹਾਂ ਦਾ ਡਰ ਦਿਲ ਦੇ ਵਿੱਚ ਪੈਦਾ ਹੋ ਗਿਆ ਔਰ ਜਿੰਨੇ ਇਸ ਤਰ੍ਹਾਂ ਦੇ ਲੋਕ ਹੈ ਜੀ ਉਹ ਇਸ ਤਰ੍ਹਾਂ ਬੇਖੌਫ ਹੋ ਕੇ ਲੋਕਾਂ ਦੀਆਂ ਘਰਾਂ ਦੁਕਾਨਾਂ ਦੇ ਵਿੱਚ ਗੋਲੀਆਂ ਮਾਰਦੇ ਰਹੇ, ਤਾਂ ਸਰਕਾਰ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ। ਮੈਂ ਵਾਰ-ਵਾਰ ਇੱਕੋ ਹੀ ਗੱਲ ਕਰ ਰਹੀ ਹਾਂ।